ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜੀਓਗ੍ਰਾਫੀ ਦੇ ਨਾਲ ਰਿਲੇਟਡ ਜਿਹੜੇ ਐਮਸੀਕਿਊਸ ਨੂੰ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਆਪਣਾ ਕੁਐਸਚਨ ਹੈ ਹਵਾ ਦਾ ਰੰਗ ਕੀ ਹੈ ਹਵਾ ਦਾ ਜਿਹੜਾ ਕੋਈ ਵੀ ਰੰਗ ਆ ਉਹ ਨਹੀਂ ਹੁੰਦਾ ਹਵਾ ਵਿੱਚ ਕਿਸ ਗੈਸ ਦੀ ਮਾਤਰਾ ਵਧੇਰੇ ਹੁੰਦੀ ਹੈ ਹਵਾ ਦੇ ਵਿੱਚ ਜਿਹੜੀ ਨਾਈਟ੍ਰੋਜਨ ਗੈਸ ਆ ਉਹ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ ਹਵਾ ਵਿੱਚ ਗੈਸਾਂ ਦੀ ਉਪਸਥਿਤੀ ਉਪਸਥਿਤੀ ਮੀਨਸ ਮੌਜੂਦਗੀ ਦੀ ਪੁਸ਼ਟੀ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਐਟੋਰਨੀ लेवोजियर ਨੇ ਹਵਾ ਵਿੱਚ ਆਕਸੀਜਨ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੈ 21% 21% ਧਰਤੀ ਦੇ ਤਲ ਤੋਂ ਵਾਯੂ ਮੰਡਲ ਦਾ ਵਿਸਥਾਰ ਕਿੰਨਾ ਹੈ 1000 ਕਿਲੋਮੀਟਰ ਕਿਹੜੀ ਪਰਤ ਵਾਯੂ ਮੰਡਲ ਦੀ ਨਹੀਂ ਹੈ ਹੁਣ ਇੱਥੇ ਪਰਤਾਂ ਦਿੱਤੀਆਂ ਨੇ ਤੁਸੀਂ ਵੀ ਕਿਹੜੀ ਜਿਹੜੀ ਪਰਤ ਹੈ ਵਾਯੂ ਮੰਡਲ ਦੀ ਨਹੀਂ ਹੈ ਟ੍ਰੋਪੋਸਫੀਅਰ ਵੀ ਹੈ ਮੀਜੋਸਫੀਅਰ ਵੀ ਹੈ ਥਰਮੋਸਫੀਅਰ ਵੀ ਹੈ ਜਿਹੜੀ ਮੈਟਾਸਫੀਅਰ ਹੈ ਉਹ ਵਾਯੂ ਮੰਡਲ ਦੀ ਪਰਤ ਨਹੀਂ ਹੈ ਇਸ ਕਰਕੇ ਆਪਣਾ ਰਾਈਟ ਅਨਸਰ ਆਏਗਾ 4 ਓਜ਼ੋਨ ਪਰਤ ਕਿਸ ਤੇ ਵਿਚਕਾਰ ਹੈ ਹੁਣ ਜਿਹੜੀ ਓਜ਼ੋਨ ਪਰਤ ਹੈ ਉਹ ਸਮਤਾਪ ਮੰਡਲ ਦੇ ਵਿਚਕਾਰ ਹੈ ਓਜ਼ੋਨ ਪਰਤ ਕਿਦੇ ਵਿਚਕਾਰ ਹੈ ਸਮਤਾਪ ਮੰਡਲ ਦੇ ਵਾਯੂ ਮੰਡਲ ਦਾਵਾ ਨੂੰ ਮਾਪਣ ਦੀ ਜਿਹੜੀ ਵਿਧੀ ਹੈ ਉਹ ਕਿਸ ਨੇ ਬਣਾਈ ਸੀ ਈ ਟੋਰਸਲੀ ਨੇ ਓਜ਼ੋਨ ਪਰਤ ਮੁੱਖ ਰੂਪ ਵਿੱਚ ਕਿਹੜੇ ਪ੍ਰਦੂਸ਼ਣ ਦੇ ਦੁਆਰਾ ਨਸ਼ਟ ਹੋ ਰਹੀ ਹੈ ক্লোরোফ্লোরোকার্বন ਦੇ ਕਰਕੇ ਜਿਹੜੀ ਓਜ਼ੋਨ ਪਰਤ ਹੈ ਉਹ ਨਸ਼ਟ ਹੋ ਰਹੀ ਹੈ। ਹਵਾ ਵਿੱਚ ਮੁੱਖ ਰੂਪ ਵਿੱਚ ਕਿਹੜੀ ਗੈਸ ਮਿਲਦੀ ਹੈ? ਨਾਈਟ੍ਰੋਜਨ, ਮੀਨ ਜ ਨਾਈਟ੍ਰੋਜਨ ਹੈ ਜਿਹੜੀ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ। ਵਾਯੂ ਮੰਡਲ ਦਾ ਬਾਅਦ ਨੂੰ ਮਾਪਣ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ? ਬੈਰੋਮੀਟਰ। ਬੱਦਲ ਅਤੇ ਮੀਂਹ ਕਿਹੜੀ ਪਰਤ ਵਿੱਚ ਆਉਂਦੇ ਹਨ? ਅਸ਼ਾਂਤ ਮੰਡਲ ਦੇ ਵਿੱਚ ਆਉਂਦੇ ਹਨ। ਪਰਤਰੀ ਥਾਂ ਤੇ ਜਿਹੜਾ ਮੰਡਲ ਸ਼ਬਦ ਹੈ ਉਹ ਵੀ ਵਰਤਿਆ ਜਾ ਸਕਦਾ ਹੈ। ਕੇ ਬੱਦਲ ਤੇ ਮੀਂਹ ਕਿਹੜੇ ਮੰਡਲ ਦੇ ਵਿੱਚ ਆਉਂਦੇ ਨੇ? ਅਸ਼ਾਂਤ ਮੰਡਲ ਦੇ ਵਿੱਚ। ਹਵਾ ਦਾ ਭਾਰ ਹੁੰਦਾ ਹੈ ਕਿ ਤੁਸੀਂ ਇਸ ਨਾਲ ਸਹਿਮਤ ਹੋ? ਪੂਰੀ ਤਰ੍ਹਾਂ ਸਹਿਮਤ ਹਾਂ। ਮਨੁੱਖ ਦੁਆਰਾ ਸਾਹ ਛੱਡਣ ਉੱਤੇ ਕਿਹੜੀ ਗੈਸ ਛੱਡੀ ਜਾਂਦੀ ਹੈ? ਕਾਰਬਨ ਡਾਈਆਕਸਾਈਡ। ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੇ ਦੌਰਾਨ ਪੌਦਿਆਂ ਦੁਆਰਾ ਕਿਹੜੀ ਗੈਸ ਦਾ ਪ੍ਰਯੋਗ ਕੀਤਾ ਜਾਂਦਾ ਹੈ? ਕਾਰਬਨ ਡਾਈਆਕਸਾਈਡ ਦਾ। ਵਾਯੂ ਮੰਡਲ ਦੀਆਂ ਪਰਤਾਂ ਦਾ ਕਿਹੜਾ ਕਰਮ ਸਹੀ ਹੈ? ਸਤੋਂ ਪਹਿਲਾਂ ਅਸ਼ਾਂਤ ਮੰਡਲ ਫਿਰ ਸੰਤਾਪ ਮੰਡਲ ਮਧ ਵਰਤੀ ਮੰਡਲ ਤੇ ਫਿਰ ਤਾਪ ਮੰਡਲ ਇਹ ਸਹੀ ਸੀਕੁਐਂਸ ਹੈ ਮੌਨਸੂਨ ਸ਼ਬਦ ਦਾ ਕੀ ਅਰਥ ਹੈ ਮੌਨਸੂਨ ਸ਼ਬਦ ਦਾ ਅਰਥ ਹੁੰਦਾ ਹੈ ਕਿ ਜਦੋਂ ਹਵਾ ਦੀ ਜਿਹੜੀ ਦਿਸ਼ਾ ਬਦਲ ਜਾਂਦੀ ਹੈ ਤਾਂ ਉਸ ਨੂੰ ਕੀ ਕਹਿੰਦੇ ਆ ਕਿ ਜਿਹੜੇ ਮੌਨਸੂਨ ਪਾਉਣਾ ਨੇ ਉਹ ਆ ਗਏ ਨੇ ਉੱਚ ਦਬਾਅ ਵਾਲੀਆਂ ਹਵਾਵਾਂ ਜੋ ਕੇਂਦਰ ਤੋਂ ਬਾਹਰ ਦੇ ਵੱਲ ਚਲਦੀਆਂ ਹਨ ਉਹਨੇ ਵਿਰੋਧੀ ਚੱਕਰਵਾਤ ਹਵਾਵਾਂ ਫੈਰਲ ਦੇ ਨਿਯਮ ਅਨੁਸਾਰ ਹਵਾ ਆਪਣੀ ਦਿਸ਼ਾ ਬਦਲਦੀ ਹੈ ਉੱਤਰੀ ਅਰਧ ਗੋਲੇ ਦੇ ਸੱਜੇ ਅਤੇ ਦੱਖਣੀ ਅਰਧ ਗੋਲੇ ਦੇ ਖੱਬੇ ਪਾਸੇ ਖੱਬੇ ਪਾਸੇ ਧਰਤੀ ਦੇ ਆਲੇ ਦੁਆਲੇ ਜਿਹੜਾ ਹਵਾ ਦਾ ਗਲਾਫ ਹੈ ਨੂੰ ਕੀ ਕਹਿੰਦੇ ਨੇ ਵਾਯੂ ਮੰਡਲ ਵਾਯੂ ਮੰਡਲ ਦੀਆਂ ਕਿੰਨੀਆਂ ਪਰਤਾਂ ਹਨ ਚਾਰ ਪਰਤਾਂ ਨੇ ਵਾਯੂ ਮੰਡਲ ਦੀ ਸਭ ਤੋਂ ਹੇਠਲੀ ਪਰਤ ਨੂੰ ਕੀ ਕਹਿੰਦੇ ਹਨ ਅਸ਼ਾਂਤ ਮੰਡਲ ਅਸ਼ਾਂਤ ਮੰਡਲ ਦੀ ਔਸਤ ਜਿਹੜੀ ਮੋਟਾਈ ਹੋ ਕਿੰਨੀ ਹੈ 12 ਕਿਲੋਮੀਟਰ ਅਸ਼ਾਂਤ ਮੰਡਲ ਦੀ ਉੱਪਰਲੀ ਪਰਤ ਨੂੰ ਕੀ ਕਹਿੰਦੇ ਹਨ ਸਮਤਾਪ ਮੰਡਲ ਕਹਿੰਦੇ ਨੇ ਵਾਯੂ ਮੰਡਲ ਦੀ ਕਿਹੜੀ ਪਰਤ ਸੂਰਜ ਤੋਂ ਆਉਣ ਵਾਲੀਆਂ ਪ੍ਰਾਬੈਂਗਣੀ ਕਿਰਨਾਂ ਨੂੰ ਰੋਕਦੀ ਹੈ ਜਿਹੜੀ ਸਮਤਾਪ ਮੰਡਲ ਆ ਉਹ ਪ੍ਰਾਬੈਂਗਣੀ ਕਿਰਨਾਂ ਨੂੰ ਰੋਕਦੀ ਹੈ ਸਮਤਾਪ ਮੰਡਲ ਦੀ ਉੱਪਰਲੀ ਪਰਤ ਨੂੰ ਕੀ ਕਹਿੰਦੇ ਨੇ ਮਧਵਰਤੀ ਮੰਡਲ ਵਾਯੂ ਮੰਡਲ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਕਹਿੰਦੇ ਹਨ ਤਾਪਮੰਡਲ ਤਾਪਮਾਨ ਨੂੰ ਮਾਪਣ ਵਾਲੇ ਯੰਤਰ ਦਾ ਨਾਮ ਦੱਸੋ ਥਰਮਾਮੀਟਰ ਤਾਪਮਾਨ ਨੂੰ ਮਾਪਣ ਦੇ ਲਈ ਕਿਸ ਪੈਮਾਨੇ ਦਾ ਪ੍ਰਯੋਗ ਹੁੰਦਾ ਹੈ ਸੈਲਸੀਅਸ ਕਿਉਂਕਿ ਅਸੀਂ ਦੇਖਦੇ ਹੁੰਦੇ ਹਾਂ ਕਿ ਜਦੋਂ ਅਸੀਂ ਟੈਂਪਰੇਚਰ ਆਪਣਾ ਦੇਖਦੇ ਹਾਂ ਕਿ 96 ਡਿਗਰੀ ਸੈਲਸੀਅਸ ਹੈ ਔਰ 98 ਡਿਗਰੀ ਹੈ ਜਿਵੇਂ ਜਿਵੇਂ ਅਸੀਂ ਭੂਮਧਰੀਕਾ ਤੋਂ ਧਰਵਾ ਵੱਲ ਜਾਵਾਂਗੇ ਤਾਂ ਜਿਹੜਾ ਤਾਪਮਾਨ ਹੈ ਉਹ ਹਮੇਸ਼ਾ ਘਟਦਾ ਹੁੰਦਾ ਹੈ ਹਵਾ ਦੇ ਭਾਰ ਨੂੰ ਕੀ ਕਹਿੰਦੇ ਹਨ ਹਵਾ ਦੇ ਭਾਰ ਨੂੰ ਬਾਯੂਦਾਬ ਕਹਿੰਦੇ ਨੇ ਜਿਵੇਂ ਜਿਵੇਂ ਅਸੀਂ ਪਹਾੜਾਂ ਦੇ ਉੱਪਰ ਚੜਦੇ ਹਾਂ ਤਾਂ ਜਿਹੜਾ ਤਾਪਮਾਨ ਹੈ ਉਹ ਘਟਦਾ ਹੈ ਉੱਥੇ ਜਿਹੜੀ ਠੰਡਕ ਆਹੋ ਮਹਿਸੂਸ ਹੁੰਦੀ ਹੈ ਬਾਯੂਦਾਬ ਨੂੰ ਮਾਪਣ ਵਾਲੇ ਯੰਤਰ ਦਾ ਨਾਮ ਦੱਸੋ ਬੈਰੋਮੀਟਰ ਮੀਨ ਜਿਹੜਾ ਬਾਯੂਦਾਬ ਨੂੰ ਮਾਪਦਾ ਹੈ ਤੇ ਜਿਹੜਾ ਤਾਪਮਾਨ ਨੂੰ ਮਾਪਦਾ ਉਹ ਥਰਮੋਮੀਟਰ ਜਿੱਥੇ ਬਾਜੂ ਦਾਬ ਘੱਟ ਹੁੰਦਾ ਉੱਥੇ ਜਿਹੜਾ ਤਾਪਮਾਨ ਹੈ ਉਹ ਜ਼ਿਆਦਾ ਹੁੰਦਾ ਹੈ ਵਧੇਰੇ ਹੁੰਦਾ ਹੈ ਚੱਲਦੀ ਹੋਈ ਹਵਾ ਨੂੰ ਕੀ ਕਹਿੰਦੇ ਹਨ ਉਹਨੂੰ ਹਵਾ ਹੀ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਨਾਰਮਲ ਹਵਾ ਚੱਲ ਰਹੀ ਹੈ ਤਾਂ ਅਸੀਂ ਉਹਨੂੰ ਕੀ ਕਹਿੰਨੇ ਆ ਹਵਾ ਭੂਮਾ ਦੇ ਰੇਖਾ ਦੇ ਵੱਲ ਚੱਲਦੀ ਹੋਈ ਹਵਾ ਨੂੰ ਕੀ ਕਿਹਾ ਜਾਂਦਾ ਹੈ ਵਪਾਰਕ ਹਵਾਵਾਂ ਨੂੰ ਕਿਹਾ ਜਾਂਦਾ ਹੈ ਧਰੁਵਾਂ ਦੇ ਵੱਲ ਚੱਲਣ ਵਾਲੀ ਜਿਹੜੀ ਹਵਾ ਉਹਨੂੰ ਕੀ ਕਿਹਾ ਜਾਂਦਾ ਹੈ ਉਹਨੂੰ ਪੱਛਮੀ ਹਵਾਵਾਂ ਕਹਿੰਦੇ ਨੇ ਹਵਾਵਾਂ ਦਾ ਚੱਕਰ ਜਿਸ ਦੇ ਅੰਦਰ ਬਾਜੂ ਦਾਬ ਘੱਟ ਅਤੇ ਬਾਹਰ ਵਧੇਰੇ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਹੈ ਚੱਕਰਵਾਤ ਭਾਰਤ ਦੇ ਕਿਸ ਭਾਗ ਵਿੱਚ ਸ਼ੀਤਰੁੱਤ ਦੀ ਵਰਖਾ ਚੱਕਰਵਾਤਾਂ ਦੁਆਰਾ ਹੁੰਦੀ ਹੈ ਉੱਤਰ ਪੱਛਮ ਵੱਲ ਹੁੰਦੀ ਹੈ 8 ਮਈ 1990 ਨੂੰ ਭਾਰਤ ਦੇ ਕਿਸ ਰਾਜ ਵਿੱਚ ਭਿਆਨਕ ਚੱਕਰਵਾਤ ਆਈ ਸੀ 8 ਮਈ 1990 ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਵਾਯੂ ਮੰਡਲ ਵਿੱਚ ਉਪਸਥਿਤ ਜਲ ਕਣ ਜੋ ਕਿ ਦਿਖਾਈ ਨਹੀਂ ਦਿੰਦੇ ਉਹਨਾਂ ਨੂੰ ਕੀ ਕਹਿੰਦੇ ਹਨ ਨਮੀ ਨਮੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਜਦੋਂ ਹਵਾ ਵਿੱਚ ਨਮੀ ਦੀ ਮਾਤਰਾ ਇੰਨੀ ਹੋਵੇ ਕਿ ਉਹ ਵੱਧ ਤੋਂ ਵੱਧ ਸਮਾ ਸਕੇ ਤਾਂ ਉਹਨੂੰ ਕਿਹਾ ਜਾਂਦਾ ਹੈਗਾ ਸੰਤ੍ਰਿਪਤ ਹਵਾ ਮੀ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤਿੰਨ ਤਰ੍ਹਾਂ ਦਾ ਹੁੰਦਾ ਹੈ ਸੰਗਣਾ ਮੀ ਸਧਾਰਨ ਰੂਪ ਵਿੱਚ ਕਿਹੜੇ ਖੇਤਰ ਵਿੱਚ ਹੁੰਦਾ ਹੈ ਭੂਮੱਧ ਰੇਖਾ ਦੇ ਖੇਤਰ ਵਿੱਚ ਪਰਵਤਾ ਦੁਆਰਾ ਸਮੁੰਦਰ ਦੇ ਵੱਲ ਚਲਦੀ ਨਵੀਂ ਯੁਕਤ ਹਵਾ ਨੂੰ ਰੋਕਣ ਲਈ ਕਿਹੜਾ ਮੀਂਹ ਪੈਂਦਾ ਹੈ ਜਾਂ ਕਿਹੜਾ ਮੀਂਹ ਹੁੰਦਾ ਹੈ ਪਰਵਤੀ ਮੀਂਹ ਚੱਕਰਵਾਤ ਦੇ ਆਉਣ ਵਾਲਾ ਮੀਂਹ ਨਾ ਕਿਹੜਾ ਮੀਂਹ ਆਉਂਦਾ ਹੈ ਚੱਕਰਵਾਤ ਦੇ ਆਉਣ ਨਾਲ ਉਹਨੂੰ ਅਸੀਂ ਕੀ ਕਹਿੰਦੇ ਹਾਂ ਚੱਕਰਵਾਤੀ ਵਰਖਾ ਜਾਂ ਚੱਕਰਵਾਤੀ ਮੀਂਹ ਵਾਯੂ ਪ੍ਰਦੂਸ਼ਣ ਨੂੰ ਰੋਕਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਹ ਲੈਣ ਦੇ ਲਈ ਸ਼ੁੱਧ ਹਵਾ ਪ੍ਰਾਪਤ ਹੋਣੀ ਜ਼ਰੂਰੀ ਹੈ ਕਿਉਂਕਿ ਜੇਕਰ ਜਿਹੜਾ ਵਾਯੂ ਪ੍ਰਦੂਸ਼ਣਾਂ ਜ਼ਿਆਦਾ ਹੋਏਗਾ ਤਾਂ ਸਾਨੂੰ ਸਾਹ ਲੈਣ ਦੀ ਜਿਹੜੀ ਮੁਸ਼ਕਿਲ ਆ ਉਹ ਆਏਗੀ ਧਰਤੀ ਦੇ ਵਾਤਾਵਰਣ ਨੂੰ ਨਸ਼ਟ ਕਰਨ ਦੇ ਲਈ ਸਭ ਤੋਂ ਜਿਹੜਾ ਵਧੇਰੇ ਪ੍ਰਭਾਵ ਹੈ ਉਹ ਕੀ ਦਾ ਏ ਮਨੁੱਖੀ ਗਤੀਵਿਧੀਆਂ ਦਾ ਕਿਉਂਕਿ ਜਿਹੜਾ ਮਨੁੱਖ ਹੈ ਹਿਊਮਨ ਬੀਿੰਗ ਹੈ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਰਿਹਾ ਹੈ ਜਿਹੜੀਆਂ ਕਿ ਵਾਤਾਵਰਣ ਦੇ ਖਿਲਾਫ ਨੇ ਠੀਕ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ